हाँ जी सत श्री अकाल सारयां नूं, की हाल है, कैम है जी। अज फिर तुहाडे वास्ते एक नगीना हाजिर करता ते तुहाडे वास्ते कली कली चीज़ दिखाउणे आ। बाई नाल जिहड़ी डिटेल है बाई दी उह वी गल करांगे। दूजे सूए झोटी है, दुध बारे गल करांगे वी पहले साल किन्ना दित्ता इहने, हुण दूजे साल इहदे तों उम्मीद है वी बहुत चंगा दुध कढ़णा, ते सारी गल्लबात आपां बाई दे नाल वी करांगे। ते नाले इहदी हिस्टरी वी तुहानूं बाद दे विच दसदे आं। इह झोटी दी जिहड़ी दूजे सूए सून वाली झोटी है, ठीक है जी, ते इहदी हिस्टरी तुहानूं बाद दे विच दसदे आं। पहलां सब तों आपां जा के बाई कोले कली कली चीज़ दी आपां तुहानूं जानकारी दिवाउणे आं। आपां इहदे कट्टा वी बाई रखी बैठा, कट्टा ही आ बाई, ਇਹ ਕਿਹੜੀ ਮੱਝ ਦਾ ਰੱਖਿਆ ਗਾ? ਓਕੇ ਜੀ, ਓਕੇ ਵੀਰੇ ਆ ਜਾ ਤੂੰ ਇੱਧਰ ਆ ਮਾੜਾ ਜਿਹਾ, ਆਪਾਂ ਗਿਰਾ ਦਈਏ। ਪਸ਼ੂ ਬਹੁਤ ਚੰਗੇ ਰੱਖੀ ਬੈਠਾ ਬਾਈ, ਲੁਕੋਈ ਬੈਠਾ ਹੈ। ਇਹੋ ਜਿਹੇ ਤੁਹਾਨੂੰ ਦੱਸਿਆ ਵੀ ਭਰਾ ਆਪਾਂ ਕੱਢ ਕੱਢ ਕੇ ਲਿਆਵਾਂਗੇ ਆਪਾਂ ਫਾਰਮਾਂ ਨੂੰ, ਜਿਹੜੇ ਮਤਲਬ ਚੰਗੀ ਬਰੀਡਿੰਗ ਕਰਦੇ ਆ, ਚੰਗੇ ਵੀਰ ਹੈ, ਚੰਗੇ ਪਸ਼ੂ ਪਾਲਕ ਹੈ, ਬੜਾ ਹੌਂਸਲਾ ਮਿਲਦਾ, ਠੀਕ ਹੈ। ਮੈਂ ਅੱਗੇ ਕਹਿ ਕੇ ਹਟਾ ਜੀ ਲੈਬ ਦੇ ਵਿੱਚ ਅਸੀਂ ਆਉਂਦੇ ਸੀ, ਦੇਖਿਆ ਕਈ ਨਰਮੇ ਖਰਾਬ ਹੋਏ ਪਏ, ਮੂੰਗੀਆਂ ਖਰਾਬ ਹੋਈਆਂ ਪਈਆਂ, ਕੋਈ ਫਲੀ ਨਹੀਂ ਲੱਗੀ, ਕੁਛ ਨਹੀਂ ਲੱਗੀ, ਝੋਨਾ ਹਜੇ ਲੱਗਿਆ ਨਹੀਂ ਬਾਈ, ਅਤੇ ਬੰਦਾ ਕਰੂ ਕੀ? ਮੈਂ ਇਹੀ ਗੱਲ ਵਾਰੀ ਵਾਰੀ ਕਹਿਣਾ ਹੁੰਦਾ, ਸਹਾਇਕ ਧੰਦੇ ਹੁੰਦੇ ਆ, ਭਾਵਾਂ ਦੀ ਥੋੜ੍ਹਾ ਵੱਜਦਾ ਬੰਦਾ ਕੰਮ ਲੱਗਿਆ ਰਹਿੰਦਾ ਬਾਈ, ਆਪਦੇ ਕੋਲ ਜਦੋਂ ਕੋਈ ਲੋੜ ਹੈ ਚਾਰ ਪੈਸਿਆਂ ਦੀ ਆਪਾਂ ਆ ਸਕਦੇ ਹਾਂ। ਅਤੇ ਵੀਰੇ ਇਹਦਾ ਕੱਟਾ ਜਿਹੜਾ ਰੱਖਿਆ ਦੀ ਮਾਂ ਦਾ ਫਿਰ ਰਿਕਾਰਡ ਕੀ ਸੀਗਾ? ਪਹਿਲੇ ਸੂਏ 16 ਕਿਲੋ, ਇਹਦੀ ਮਾਂ ਵੇਚਤੀ 11 ਮਹੀਨੇ, ਇਹਦੀ ਇਹ ਕਿਹੜੇ ਦਾ ਝੋਟਾ ਕਿਹੜਾ ਸੀ? ਤਾਂ ਪੰਚਾਇਤੀ ਦਾ ਹਰਿਆਣਾ ਨੂੰ, ਠੀਕ ਹੈ ਜੀ। ਅਤੇ ਇਹ ਜਿਹੜੀ ਝੋਟੀ ਹੈਗੀ ਕਿੰਨੇ ਦੁੱਧ ਵਾਲੀ ਹੈਗੀ ਵੀਰੇ? ਤੇਰਾਂ ਮਹੀਨੇ ਦੀ ਵੀਰੇ ਇਹ ਕਿਹੜੀ ਬਹੁਤ ਸੋਹਣੀ ਹੈ 13 ਮਹੀਨੇ ਦੀ ਹੋ ਗਈ। ਇਹਦਾ ਪਿਓ ਕਿਹੜਾ ਸੀ ਬਾਈ? ਇਹ ਵੀ ਹਰਿਆਣੇ ਦੀ, ਓਕੇ, ਇਹ ਵੀ ਹਰਿਆਣੇ, ਠੀਕ ਹੈ ਜੀ। ਕੱਟੀ ਊਂ ਵੈਸੇ ਬਾਂਤਰ ਜੈੱਡ ਬਲੈਕ, ਕੱਟੀ ਦੀ ਬਾਡੀ ਬਹੁਤ ਸੋਹਣੀ ਬਾਈ। ਮੈਂ ਇੱਕ ਚੀਜ਼ ਕਹਿ ਸਕਦਾ ਵੀ ਚਲੋ ਆਪਾਂ ਜਿੰਨਾ ਕੁ ਆਪਾਂ ਨੂੰ ਪਤਾ, ਜਿਹੜੇ ਰੰਗ ਹੈ ਇਹ ਟਾਈਮ ਦੇ ਵਿੱਚ ਬੱਚਿਆਂ ਦੀ ਲਾਲੀ ਆ ਜਾਂਦੀ ਹੁੰਦੀ ਹੈ, ਜਿਹੜੇ ਬਾਲ ਬੂਲ ਆ ਕੋਈ ਚੱਕਰ ਨਹੀਂ, ਹੈ ਨਾ। ਤਾਂ ਕਹਿਣ ਦਾ ਭਾਵ ਕੀ ਆ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜਿਹੜੀ ਇਹ ਕੱਟੀ ਹੈ ਮੇਲੇ 'ਤੇ ਖੜ੍ਹਨ ਵਾਲੀ ਕੱਟੀ ਹੈ ਵੀਰੇ, ਮੇਲੇ 'ਤੇ ਮੂੰਹ ਤੋਂ ਲਾ ਕੇ, ਸਿੰਗਾਂ ਤੋਂ ਲਾ ਕੇ, ਪੂਛ ਤੋਂ ਲਾ ਕੇ, ਬਾਡੀ ਤੋਂ ਲਾ ਕੇ, ਚਾਰੇ ਪਾਸੇ ਪ੍ਰੋਪਰ ਹੈ। ਅਤੇ ਜੇ ਆਹ ਗੱਲ ਕਰੀਏ ਵੱਡੀ ਮੱਝ ਬਾਈ, ਇਹ ਕਿੱਦੇ ਸੂਈ ਹੈ? ਇਹਨੂੰ ਵੀਰੇ ਹੋ ਗਿਆ 10 ਕਿਲੋ। 10 ਕੁ ਦਿਨ ਹੋ ਗਏ, ਅਤੇ ਇਹ ਕਿੰਨਾ ਦੁੱਧ ਦਿੰਦੀ ਹੈ ਬਾਈ? ਹੁਣ ਤਾਂ ਵੀਰੇ ਇਹਦੇ 16 ਕਿਲੋ ਦੁੱਧ ਹੈ ਜੀ। ਅੱਛਾ, 10 ਕਿਲੋ ਕੋਈ 16 ਕਿਲੋ ਹੈ, 20 ਕਿਲੋ ਦੇ ਦਿੰਦੀ ਹੈ। ਅੱਛਾ, 20 ਕਿਲੋ ਦੇ ਦਿੰਦੀ ਹੈ, ਸਾਢੇ 16 ਇੰਚ। ਅੱਛਾ, 16 ਕਿਲੋ ਦੁੱਧ ਹੈਗਾ, ਇਹ 20 ਕਿਲੋ ਦਿੰਦੀ ਹੈ, ਠੀਕ ਹੈ ਜੀ। ਹਾਂਜੀ ਬਾਈ, ਮੱਛਰ ਬਹੁਤ ਪਾਉਂਦਾ। ਅਤੇ ਉਦੋਂ ਬਾਅਦ ਆਪਾਂ ਗੱਲ ਕਰੀਏ ਇਹ ਮੱਝ ਦੀ, ਇਹਦਾ ਵੀ ਆਰਡਰ ਬਹੁਤ ਸੋਹਣਾ ਬਣਾਊਗੀ ਮੇਰੇ ਹਿਸਾਬ ਨਾਲ। ਅੱਛਾ ਜੀ, ਅੱਛਾ, ਇਹ ਡਰਾਈ 6.5 ਮਹੀਨੇ ਦੀ ਗੱਭਣ ਹੋ ਗਈ। ਅਤੇ ਜੇ ਆਪਾਂ ਆਰਡਰ ਦੇ ਸਾਈਜ਼ ਦੀ ਗੱਲ ਕਰੀਏ, ਚੱਡਾ ਬਹੁਤ ਸੋਹਣਾ ਬਣਾਊਗਾ। ਹਾਂਜੀ, ਅੱਛਾ, 3.5 ਮਹੀਨੇ ਦੀ ਪਹਿਲਾਂ ਬੱਚਾ ਹਟ ਗਈ ਸੀ, ਓਕੇ ਜੀ, ਠੀਕ ਹੈ ਜੀ ਬਾਈ। ਅਤੇ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਇਹ ਝੋਟੀ ਕਿੰਨਾ ਦੁੱਧ ਦੇ ਦਿੰਦੀ ਹੈ ਬਾਈ? ਨੋਰਮਲ 14 ਲੀਟਰ, ਠੀਕ ਹੈ। ਜਾਣੀ ਕਿ 3-4 ਪਸ਼ੂ ਪੂਰੇ ਝੋਟੀ ਦੇ ਆ, ਵਿੱਚ ਨਾਲ ਨੋਰਮਲ ਵੀ ਹੈ, ਨਾਲ ਚੰਗੇ ਵੀ ਹੈ, ਠੀਕ ਹੈ ਬਾਈ। ਅਤੇ ਤੁਹਾਨੂੰ ਇਹਦਾ ਜਿਹੜਾ ਸ਼ੌਂਕ ਹੈ ਕਿੰਨਾ ਟਾਈਮ ਹੋ ਗਿਆ ਪਏ ਨੂੰ? 2 ਸਾਲ ਹੋ ਗਏ। ਅੱਛਾ, 2 ਸਾਲਾਂ ਦਾ ਕਰੇਜ਼ ਜਿਹਾ ਹੋ ਗਿਆ ਵੀ ਚੰਗੇ ਯਾਰ ਦੁੱਧ ਵਾਲੀਆਂ ਲਿਆਉਣੀਆਂ। ਨਹੀਂ, ਬਹੁਤ ਸੋਹਣੀ ਗੱਲ ਆ। ਅੱਜ ਆਪਾਂ ਉੱਧਰਲੀ ਝੋਟੀ ਦੀ ਗੱਲ ਕਰੀਏ, ਅੱਜ ਦਿਖਾ ਝੋਟੀ ਵੀ ਬਹੁਤ ਸੋਹਣੀ ਹੈ। ਥੋੜ੍ਹਾ ਜਿਹਾ ਵੀ ਮਿੱਤਰੋ ਇਹਦੇ ਥੋੜ੍ਹਾ ਜਿਹਾ ਨੁਕਸਾਨ ਹੈਗਾ, ਉਸ ਨੂੰ ਪਤਾ ਵੀ ਜਿਹੜਾ ਜੇ ਮੇਰਾ ਵੀ ਫਾਰਮ ਹੋਵੇ ਮੈਂ ਕੋਈ ਨੁਕਸਾਨ ਮੈਨੂੰ ਨਹੀਂ ਲੱਗਦਾ। ਸਿੱਟ ਥੱਲੇ ਝੋਟੀ ਆ, ਸਿੱਟ ਦਾ ਕਰਕੇ ਲਾਲੀ ਵੀ ਤੁਹਾਨੂੰ ਇਹਦੇ ਵਿੱਚ ਦਿਖਾਉਂਦੀ ਹੋਊਗੀ, ਠੀਕ ਹੈ। ਜਿੱਦਾਂ ਇਹ ਮੈਂ ਅਜਾਵੜੀ ਤੇਲ ਦੀ ਮਾਸ ਹੋਣ ਲੱਗ ਗਈ, ਸਿੱਟ ਤੋਂ ਬਿਨਾਂ ਰਹਿਣ ਲੱਗ ਗਈ, ਇਹ ਮੈਂ ਇਸ ਨੇ ਕਾਲੀ ਡੰਝ ਹੋ ਜਾਣਾ। ਇਹ ਇੱਕ ਰੁੱਤ ਵੀ ਇਹੋ ਜਿਹੀ ਆ ਆਟੋਮੈਟਿਕ ਹੀ ਵੀ ਜਿਹੜਾ ਪਸ਼ੂ ਹੈ ਥੋੜ੍ਹੀ ਜਿਹੀ ਲਾਲੀ ਫੜ ਜਾਂਦਾ ਜਿਹੜਾ ਸਿੱਟ ਦੇ ਥੱਲੇ ਆ। ਜਿਹੜੇ ਪਸ਼ੂ ਮੇਰੇ ਕੋਲ ਵੀ ਆ ਜਿਹੜੇ ਸਿੱਟ ਦੇ ਥੱਲੇ ਆ, ਜੇ ਇਸ ਤਰ੍ਹਾਂ ਮੈਸਦੇ ਆ, ਜੇ ਮੈਂ ਦੂਜੀਆਂ ਮੈਸਾਂ ਦੇ ਵਿਚਾਲੇ ਬੰਨਦਾ ਉੱਧਰਲਾ ਪਸ਼ੂ ਕੋਈ, ਉਹ ਅੱਡੀ ਲਾਲੀ ਦਿੰਦੀ ਆ ਉਹਦੀ। ਅਤੇ ਬਾਈ ਜੇ ਇਹਦਾ ਗੱਲ ਕਰੀਏ, ਇਹ ਜਦੋਂ ਮੱਝ ਲੈ ਕੇ ਆ ਪਹਿਲੇ ਸੂਏ ਦੁੱਧ ਕਿੰਨਾ ਸੀ ਇਹਦਾ ਬਾਈ? ਇੱਕ ਚੀਜ਼ ਹੋਰ ਵੀ ਮੈਂ ਰੀਜ਼ਨ ਦੱਸਦਾ ਦੋਸਤੋ, ਵੀ ਜਿਹੜੀ ਵੀ ਆਪਣੇ ਕੋਲ ਮੱਝ ਹੈ ਜਾਂ ਝੋਟੀ ਹੈ ਕੋਈ ਵੀ ਹੈ, ਜਿਹੜਾ ਦੁੱਧ ਲੰਮਾ ਟਾਈਮ, ਜਿਵੇਂ ਬਾਈ ਨੇ ਦੇਖੋ ਕੋਈ ਇਹ ਝੋਟੀ ਵੀ, ਉਹ ਝੋਟੀ ਵੀ, ਉਹ ਝੋਟੀ ਹਟ ਗਈ, ਠੀਕ ਹੈ, ਉਹਦੇ 'ਚ ਮਹੀਨਾ ਰਹਿ ਗਿਆ। ਅਤੇ ਇਹ ਬਾਈ ਕਹਿੰਦਾ ਮੈਂ ਖੁਦ 7 ਲੀਟਰ 7 ਮਹੀਨੇ ਦੀ ਗੱਭਣ 'ਤੇ ਡਰਾਈ ਕੀਤੀ ਹੈ 6 ਕਿਲੋ ਤੋਂ, ਅਤੇ ਘੱਟੋ ਘੱਟ ਨਾ ਵਾਲਾ ਵੀ 2-2.5 ਮਹੀਨੇ ਪਹਿਲਾਂ ਹੀ ਡਰਾਈ ਹੋਈ ਸੀ ਇਹ, ਠੀਕ ਹੈ ਵੀਰੇ। ਅਤੇ ਲੈ ਆਪਾਂ ਆਰਡਰ ਵੀ ਦਿਖਾਉਣੇ ਆ, ਆਰਡਰ ਦਾ ਸਾਈਜ਼ ਵੀ ਬਹੁਤ ਸੋਹਣਾ, ਸੀਲ ਹੈ, ਕੋਈ ਐਂ ਚੱਕਰ ਨਹੀਂ। ਜਿਵੇਂ ਮੰਨ ਲਾ ਉੱਪਰਾ ਤਾਂ ਚਲ ਪਸ਼ੂ ਮੰਨਦਾ ਹੀ ਹੈ ਸਾਰਾ, ਅਤੇ ਹਜੇ ਕਿਉਂਕਿ ਭਲੂਣ ਵੀ ਆ ਜਾਂਦੀ ਹੈ, ਤਾਂ ਜਿਸ ਤਰ੍ਹਾਂ ਆਪਾਂ ਜੇ ਗੱਲ ਕਰੀਏ ਤਾਂ ਕਿਉਂਕਿ ਜਦੋਂ ਸੂਣ ਵਾਲਾ ਪਸ਼ੂ ਆ ਤਾਂ ਹਜੇ ਤੇਰੇ ਹਿਸਾਬ ਨਾਲ ਬਾਈ ਕਿੰਨੇ ਦਿਨ ਨਹੀਂ ਸੁਣਦੀ?
हाँ बई हजे क्योंकि थोड़ा जिना आर्डर भी बल है मतलब बल जाए कढ़ने चाहिए झूठे तो भाई जी जिहड़े भरा भी जी झोटी बारे सूँ मैं जानकारी दी है बई ने दसिया भी 16 किलो पहले सूए का दुद्ध सगा इन्होंने पटियाले तो 2 झोटियां लियादियां सगिया 7 लीटर दुद्ध सगा यदा जिदे 7 महीने की गबण से इन्होंने घर आके उस छड़न की कोशिश की 6 किलो दुद्ध के उत्तों यह झोटी छी लगभग ही 2-2.5 महीने पहला ट्राई की आर्डर के हिसाब न शरीर के हिसाब न बंतर के हिसाब न बहुत सोहनी झोटी है चंगा दुद्ध देऊ मत्थे ते छोटा जिहा निशान है ठीक है तो यद करके हूँ आप दें बई का नंबर तो जिहड़े बंदे नूं इह वधिया लगदी है तो बई नूं डायरैक्ट तो नाले उह करो तो नाले नंबर है जिहड़ा बई दा आपां देवांगे बई नंबर भी बोली माड़ा जिहा दो वारी बोलांगे नंबर है 98783 98783 6668 यह नंबर है जी एक बार दोबारे फिर बोलांगे सूँ एक बार तोर के चाल दिखाउणे है जी ठीक है देख सकते हैं तुसीं मोड़ी बई उधर नूं लै जाओ जिथे बन्नी हुंदी है तां लो जी आप और जूम कर दें मेरे हिसाब न एक दो दिन कल कल तक बच्चा दे सकती है इदा बाजा जी कड़ के ना पशुओं का ध्यान सारा इधर हो जाता फिर बड़ा सोहना वधिया आता तो भाई जी एक बार होर दुबारे आप नंबर बोल दी 98783 6668 यह नंबर है जी बड़े वीर का जेडे भी भरा कोई वधिया झोटी लगती है जिहड़े नूं ऐ हुंदा वी दुद्ध पीण वास्ते घर है जिहड़ा डायरैक्ट बाई नाल कनैक्ट करो सारी जिहड़ी तुसीं फोन ते तसल्ली करनी है तसल्ली करो ठीक है जी ते सून दे विच बाई कहिंदा कल नूं इहदे दिन पूरे हो जाणे आ सून दा 2 दिन वध वी लिजा सकदी है ते अज वी सू सकदी है क्योंकि सून वाले पशु दा देखो कोई पता नहीं हुंदा कदों सूपे अपने कोल देखिए उहदी पता लगदा हुंदा वी बच्चा देदा कई बार तां इन्ने तेजी नाल बच्चा पहली दे दिंदियां मैं जदों आपां कोले आउणा ते उहदों बच्चा कोले बैठा हुंदा इह चक्कर है ते नंबर तुहानूं 2 वारी बोलदा ते बाई नाल कनैक्ट जरूर करिओ ते देख सकते हैं भाई सील ठंडी बहुत वधिया सुभा दी है वध तो वध करो शेयर भाई क्योंकि ये सारे सोडे भरावां वास्ते डायरैक्ट ही ठीक है ना ये कोई कहण दा भाव भी आपां जे कह दईए ना कोई दबाउण वाला ना कोई उह करन वाला सीधी भरा ने चीज़ देनी है तो क्यों कट्टा उधरों जांदा सी तां असीं रोकदे सीगे यानी कि भी डायरैक्ट ही तुसीं भरा नाल गल करनी है डायरैक्ट ही तुसीं वीर ने लैके जानी है ठीक है ये भी बहुत वड्डी बचत है वीडियो के राही सानूं चंगा जानवर बनता कोशिश साडी यही रहेगी भी हर वारी सानूं इदां दियां मझां कट के दिंदे रहिए जिहड़ियां 15-16 लीटर तो घट्ट दुद्ध ना देण क्योंकि मेरा मनना है जिहड़ी डायरी नूं बचत करनी है पशु ने 15-16 लीटर तो घट्ट वाली जिहड़ी मझ है वो डायरी धंदे नूं घट्ट मतलब प्रॉफिट दिंदी है 15-16 लीटर दुद्ध होवे मगर कट्टी होवे बंदा कट्टरू भी पाल लैंदा ते उहदा खर्चा भी कढ लैंदा ते घरे भी दुद्ध रख सकदा जे इक अद्धा बंदा पशु पालदा ते जे वध पालदा उहनूं भी इही फायदा गा तां ठीक है जी भाई सति श्री अकाल धन्नवाद वधिया लगी वध तों वध शेयर करो सपोर्ट करिया करो तुहाडे भरा दी भाई ते तुहाडे भरावां दे नाल ही है जिहड़ा तुसीं प्यार दिंदे आ तां उह आपां नहीं कदे मतलब तुहाडा सहान मोड़ सकदे हैना तां इदां ही प्यार दिंदे रहो शेयर करदे रहो कमेंट करके दसदे रहो भाई ठीक है भी किवें लगी किवें नहीं ठीक है जो थोड़ा कमेंट है एक कमेंट मतलब पूरा ए हौसला दिता जिमें कलाकार ताड़ियाँ का हौसला हों इदा जो हों मतलब वीडियो बनानी है उन्होंने कमेंट वाले का इदा ही हौसला हों भी हाँ यार जो वधिया काम करते हैं भरा आपको वधिया देखते हैं वधिया कमेंट करते हैं ठीक है जी भाई सत श्री अकाल धन्यवाद नंबर देता बई का कनैक्ट करो बई नाल सारी जानकारी बाकी बई तो लै सकते हैं ओके जी।